ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਦੇਖੋ, ਜਿਹੜੀ ਕਲਾ ਹੈ, ਜਿਹੜਾ ਟੈਲੈਂਟ ਹੈ, ਉਹ ਛੁਪਦਾ ਨਹੀਂ ਹੁੰਦਾ। ਉਹਦਾ ਗਰੀਬੀ ਅਮੀਰੀ ਨਾਲ ਵੀ ਕੋਈ ਸੰਬੰਧ ਨਹੀਂ। ਕੋਈ ਪਤਾ ਨਹੀਂ ਕਿੱਥੇ ਕਿਹੜੇ ਗਰੀਬ ਘਰ 'ਚ ਬਹੁਤ ਵੱਡਾ ਕਲਾਕਾਰ ਪੈਦਾ ਹੋ ਜੇ, ਬਹੁਤ ਵੱਡਾ ਇੰਜੀਨੀਅਰ ਪੈਦਾ ਹੋ ਜੇ। ਸੋ ਸੰਗਰੂਰ ਹਲਕੇ ਦੇ ਲੋਕਾਂ ਨੂੰ ਜਦੋਂ ਮਿਲਦੇ ਹਾਂ ਤਾਂ ਵੱਖ ਵੱਖ ਤਰ੍ਹਾਂ ਦਾ ਟੈਲੈਂਟ ਸਾਹਮਣੇ ਆਉਂਦਾ ਹੈ। ਕੋਈ ਫੋਟੋਆਂ ਬਹੁਤ ਵਧੀਆ ਬਣਾਉਂਦਾ ਹੈ, ਕਿਸੇ ਨੇ ਕੋਈ ਖੋਜ ਕੀਤੀ ਹੈ। ਇੱਕ ਇਸ ਵਕਤ ਇਸੇ ਸਿਲਸਿਲੇ 'ਚ ਮੈਂ ਪਿੰਡ ਬਖੋਪੀਰ, ਜਿਹੜਾ ਕਿ ਭਵਾਨੀਗੜ੍ਹ ਦੇ ਨੇੜੇ ਪਿੰਡ ਹੈ, ਮੈਂ ਉੱਥੇ ਹਾਂ। ਇੱਥੋਂ ਦਾ ਮੁੰਡਾ ਹੈ ਜਸਵੀਰ, ਇਹ ਭਾਈ ਗੁਰਦਾਸ ਕਾਲਜ ਦੇ ਵਿੱਚ ਪੜ੍ਹਦਾ ਹੈ। ਇਹਨੇ ਇੱਕ ਟਰੈਕਟਰ ਬਣਾਇਆ, ਆਹ ਹੁੰਦੀ ਹੈ ਕਲਾ। ਇਹਨੇ ਟਰੈਕਟਰ ਬਣਾਇਆ ਜਿਹੜਾ ਕਿ ਮੋਟਰਸਾਈਕਲ ਦਾ ਇੰਜਣ ਹੈ। ਇਹਦੇ ਬਾਰੇ ਹੋਰ ਦੱਸ ਦੇ ਸਰ। ਇਹ ਸਰ, ਇਹਦਾ ਬਾਜ਼ਾਰੋਂ ਸਮਾਨ ਨਹੀਂ ਮਿਲਦਾ ਜੀ। ਮੈਂ ਪੁਰਾਣੇ ਸਮਾਨ ਤੋਂ ਪੁਰਾਣਾ ਸਮਾਨ ਸਕਰੈਪ ਇਕੱਠੀ ਕਰਕੇ ਜੀ, ਮੈਂ ਟਰੈਕਟਰ ਨਾਲ, ਮੇਰਾ ਘਰ ਹੈ ਜੀ ਜੋ ਤੁਸੀਂ ਦੇਖ ਸਕਦੇ ਹੋ, ਅਤੇ ਮੈਂ ਇੱਥੇ ਹੀ ਇਹ ਤਿਆਰ ਕੀਤਾ ਜੀ ਪੁਰਾਣੇ ਸਮਾਨ ਤੋਂ ਇਕੱਠੇ ਕਰਕੇ, ਜੋ ਕਿ ਮੈਂ ਮੁੱਲ ਦਾ ਕੁਝ ਨਹੀਂ ਲਿਆ ਜੀ, ਅਤੇ ਪੁਰਾਣੇ ਸਮਾਨ ਤੋਂ ਮੈਂ ਇਕੱਠਾ ਕਰਕੇ ਜੀ ਇਹ ਮੈਂ ਟਰੈਕਟਰ ਬਣਾਇਆ ਜੀ। ਕਿ ਹੋਰ ਦੋ ਮੋਟਰਸਾਈਕਲ, ਮੈਂ ਇੱਕ ਜੀਪ ਤਿਆਰ ਕੀਤੀ ਹੈ ਜੀ, ਅਤੇ ਇੱਕ ਜੀਪ ਤੁਸੀਂ ਦੇਖ ਸਕਦੇ ਹੋ ਸਾਹਮਣੇ ਖੜੀ ਹੈ, ਅਤੇ ਇੱਕ ਮੇਰੇ ਕਾਲਜ ਖੜੀ ਹੈ ਜੀ ਵੀਪੋ, ਉਸ ਵਿੱਚ ਮਜ਼ਬੂਤੀ ਕਰ ਲੈਂਦੇ ਸਿਲਵਰ ਵਾਲੀ। ਅਤੇ ਇਹ ਕਿੰਨ ਮਤਲਬ ਇਹਦੀ ਵਰਤੋਂ ਕਿੱਥੇ ਹੋ ਸਕਦੀ ਹੈ? ਇਹ ਜੀ ਕਿਸਾਨੀ ਲਈ ਫਾਇਦੇਮੰਦ ਹੈ ਜੀ, ਜਿਵੇਂ ਹਰਾ ਲੈ ਕੇ ਆਉਣਾ, ਚਾਰਾ ਲੈ ਕੇ ਆਉਣਾ ਜੀ ਖੇਤੋਂ, ਤਾਂ 10-15 ਕੁਇੰਟਲ ਟਰਾਲੀ ਪਾ ਕੇ ਜੀ ਖਿੱਚ ਸਕਦੇ, ਜਿਵੇਂ ਰੇਹ ਦੇ ਥੈਲੇ ਲੈ ਕੇ। ਤੇਲ ਦਾ, ਤੇਲ ਦੀ ਕਿੰਨੀ ਖਪਤ ਹੈ? ਇਹ ਇੱਕ ਲੀਟਰ ਨਾਲ 35 ਕਿਲੋਮੀਟਰ ਸੜਕ 'ਤੇ ਕੱਢ ਦਿੰਦਾ ਜੀ। ਅੱਛਾ, ਹਾਂਜੀ। ਇਹ ਕਲਾ ਹੈ ਜੀ। ਦੇਖੋ ਜੀ, ਇਸ ਮੁੰਡੇ ਨੂੰ ਸਰਕਾਰ ਵੱਲੋਂ ਐਪਰੀਸ਼ੀਏਸ਼ਨ ਮਿਲੇ, ਇਹਦੀਆਂ ਜਿਹੜੀ ਟ੍ਰੇਨਿੰਗ ਹੈ ਉਹ ਵੱਡੇ ਲੈਵਲ 'ਤੇ ਹੋਵੇ, ਤਾਂ ਇਹ ਬਹੁਤ ਵੱਡੀਆਂ ਵੱਡੀਆਂ ਖੋਜਾਂ ਜਿਹੜੀਆਂ ਨੇ ਆਪਣੀ ਜ਼ਿੰਦਗੀ 'ਚ ਕਰ ਸਕਦਾ, ਜਿਹਦਾ ਲੋਕਾਂ ਨੂੰ ਫਾਇਦਾ ਹੋਵੇ। ਪਰ ਦਿੱਕਤ ਇਹ ਹੈ, ਇਹੋ ਜਿਹੇ ਮੁੰਡੇ ਉੱਠਦੇ ਹੈ, ਸਰਕਾਰਾਂ ਧਿਆਨ ਨਹੀਂ ਦਿੰਦੀਆਂ, ਅਤੇ ਇਹ ਟੈਲੈਂਟ ਜਿਹੜਾ ਆਰਥਿਕਤਾ ਦੇ ਬੋਝ ਥੱਲੇ, ਗਰੀਬੀ ਦੇ ਬੋਝ ਥੱਲੇ ਇਸ ਤਰ੍ਹਾਂ ਹੀ ਖਤਮ ਹੋ ਜਾਂਦਾ। ਕੋਈ ਗੱਲ ਨਹੀਂ, ਅਸੀਂ ਆਪਣੇ ਵੱਲੋਂ ਅੱਛਾ, ਇਹਨਾਂ ਦੇ ਪਿਤਾ ਜੀ ਨੇ, ਅਤੇ ਇਹ ਕਹਿੰਦਾ ਕਿ ਮੇਰਾ ਨਾਂ ਜਿਹੜਾ ਜਸਵੀਰ ਹੈ ਉਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਅਤੇ ਪਿੰਡ 'ਚ ਮੈਨੂੰ ਮਿੰਨੀ ਭਗਵੰਤ ਮਾਨ ਕਹਿੰਦੇ ਨੇ। ਇਹ ਵੀ ਗੱਲ, ਹਾਂਜੀ ਹਾਂਜੀ। ਮੈਂ ਸਕੂਲ 'ਚ ਪੜ੍ਹਦੇ ਹੋਏ ਜੀ ਤੁਹਾਡੇ ਹੀ ਗਾਣੇ ਅਤੇ ਸਕਿੱਟ ਕਾਪੀ ਕਰੇ ਨੇ ਜੀ, ਗੁੱਸਾ ਕਰੋ ਚਾਹੇ ਨਾ ਕਰੋ। ਨਹੀਂ ਨਹੀਂ, ਤੂੰ ਤਾਂ ਆਹ ਬਹੁਤ ਵਧੀਆ ਕਰ ਲਿਆ ਯਾਰ, ਇੱਦਾਂ ਲੱਗਦਾ ਨਹੀਂ ਹੈ ਕਿ ਤੂੰ ਘਰੇ ਬਣਾਇਆ ਹੋਇਆ। ਇਹਨੂੰ ਚਲਾ ਕੇ ਦਿਖਾਓ। ਹਾਂਜੀ ਹਾਂਜੀ। ਇਹਦੀ ਕਦਰ ਕਰਨੀ ਚਾਹੀਦੀ ਹੈ ਸਾਨੂੰ। ਇਹ ਟਰੈਕਟਰ ਦਾ ਨਾਂ ਨਾ ਹੁਣ ਕਿਤੇ ਮਿੰਨੀ ਭਗਵੰਤ ਮਾਨ ਰੱਖ ਲਓ, ਇਹ ਟਰੈਕਟਰ ਦਾ ਕੋਈ ਨਾਮ ਹੀ ਰੱਖ, ਅੱਗੇ ਪਤਾ ਲੱਗੇ ਤੂੰ ਆਪਣੇ ਕਿੱਥੋਂ ਉਸਤਾਦਾਂ ਤੋਂ ਕੰਮ ਸਿੱਖਿਆ ਜਾਂ ਉਹਨਾਂ 'ਚੋਂ ਜਾਂ, ਜਿਵੇਂ ਬਹੁਤ ਸਾਰੀਆਂ ਜਿਹੜੀਆਂ ਦੁਨੀਆ ਭਰ ਦੀਆਂ ਖੋਜਾਂ ਨੇ, ਉਹਨਾਂ ਦੇ ਵਿੱਚ ਜਿਨ੍ਹਾਂ ਨੇ ਇਹਦੀ ਖੋਜ ਕੀਤੀ ਆ ਉਹਨਾਂ ਚੀਜ਼ਾਂ, ਸਤਿ ਸ਼੍ਰੀ ਅਕਾਲ, ਉਹਨਾਂ ਚੀਜ਼ਾਂ ਦਾ ਨਾਮ ਹੈ। ਸੋ ਗੁੱਡ ਲੱਕ, ਅਤੇ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ। ਠੀਕ ਹੈ ਜੀ, ਲੈ ਠੀਕ ਹੈ, ਧੰਨਵਾਦ, ਜਿੰਦਾਬਾਦ ਸਰ।